ਦੋ ਦਿਨਾ ਤੋਂ ਹੋ ਰਹੀ بارش ਕਾਰਨ ਅਜਨਾਲਾ ਦੇ ਇੱਕ ਘਰ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਪਰਿਵਾਰ ਵਾਲਿਆਂ ਦਾ ਪਾਰੀਮਾਲੀ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਜ਼ਿਕਰਯੋਗ ਹੈ ਕਿ ਇਸ ਘਰ ਵਿੱਚ ਬਿਜਲੀ ਡਿੱਗਣ ਕਾਰਨ ਚਾਹੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਤਿੰਨ ਮੰਜ਼िला ਘਰ ਦੀ ਇਮਾਰਤ ਦੀ ਸਾਰੀ ਬਿਜਲੀ ਦੀ ਵਾਇਰਿੰਗ ਸੜ ਗਈ ਅਧਿਕਾਰ ਵਿੱਚ ਲੱਗੇ ਸਾਰੇ ਬਿਜਲੀ ਦੇ ਉਪਕਰਣ ਵੀ ਸੜ ਗਏ ਇਸ ਸਬੰਧ ਵਿੱਚ ਪੀੜਿਤ ਬਾਦ ਸਿੰਘ ਨੇ ਦੱਸਿਆ ਕਿ ਤੇਜ਼ بارش ਕਾਰਨ ਉਹਨਾਂ ਦੇ ਘਰ ਦੇ ਲੈਂਟਰ ਨੂੰ ਵੀ ਨੁਕਸਾਨ ਹੋਇਆ ਹੈ ਉਹਨਾਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਬਾਰਿਸ਼ ਪੈ ਰਹੀ ਸੀਗੀ ਤੇ ਅਚਾਨਕ ਹੀ ਬਹੁਤ ਜ਼ੋਰ ਦੀ ਖਰਾਕ ਹੋਇਆ ਤੇ ਜਾਂ ਹੀ ਉੱਥੇ ਆਣ ਕੇ ਵੇਖਿਆ ਤੇ ਅਸਮਾਨੀ ਬਿਜਲੀ ਸਾਡੇ ਆ ਮਮਤੀ ਦੇ ਉੱਤੇ ਡਿੱਗੀ ਸੀਗੀ ਤੇ ਡਿੱਗਣ ਕਰਕੇ ਕਾਫੀ ਨੁਕਸਾਨ ਹੋ ਗਿਆ ਵਾ। ਬਿਜਲੀ ਦੇ ਕਾਫੀ ਜਿੰਨੇ ਵੀ ਉਪਕਰਣ ਸੀਗੇ ਟੋਟਲ ਘਰ ਦੇ ਵਿੱਚ ਲੱਗੇ ਹੋਏ ਸੀ ਸੀਸੀਟੀਵੀ ਕੈਮਰੇ, ਐਲ ਸੀ ਡੀਆਂ, ਇਨਵਰਟਰ, ਫਰਿੱਜਾਂ ਸਭ ਸੜ ਗਏ। ਸ਼ੀਸ਼ਿਆਂ ਦਾ ਵੀ ਨੁਕਸਾਨ ਹੋ ਗਿਆ ਵਾ, ਦਵਾਰਾਂ ਦੇ ਸ਼ੀਸ਼ੇ ਟੁੱਟ ਗਏ ਆ, ਦਰਵਾਜ਼ਾ ਮਮਤੀ ਦਾ ਬਾਹਰ ਨਿਕਲ ਗਿਆ ਵਾ। ਤੇ ਕੰਦਰ ਚ ਤਰੇੜਾਂ ਆ ਗਈਆਂ ਹਾਂ ਜੀ ਇਹਨਾਂ ਸ਼ੁਕਰ ਕਰਾਲ ਪ੍ਰਭੂ ਦਾ ਹੈ ਵੀ ਜਿਹੜਾ ਜਾਨੀ ਪਹੁੰਚਾ ਹੋ ਗਿਆ ਵਾ ਥੱਲੇ ਹੋਣ ਕਰਕੇ ਜੇ ਉੱਤੇ ਹੁੰਦੇ ਤੇ ਹੋ ਸਕਦਾ ਸੀ ਕੋਈ ਨਾ ਕੋਈ ਜਾਨੀ ਨੁਕਸਾਨ ਹੋ ਸਕਦਾ ਪਰ ਮਾਤਮਾ ਦੀ ਬਹੁਤ ਕਿਰਪਾ ਰਹੀ ਹੈ ਜਿਹੜਾ ਜਾਨੀ ਨੁਕਸਾਨ